ਕਿਹੜਾ ਨਿਹੰਗ ਸੀ ਕਰ ਰਹੇ ਆ, ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਠੇਕਾ ਧੱਕੇ ਨਾਲ ਬੰਦ ਕਰਾਇਆ, ਉਸ ਕਰਕੇ ਗਏ ਸੀ, ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਆ ਇਨਵੈਸਟੀਗੇਟ। ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ, ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਪ ਨੂੰ ਕੱਢੀ ਆ, ਉਸ ਸੰਬੰਧਿਤ ਲੀਗਲ ਜੋ ਬਣਦਾ ਕੋਈ ਮੁਲਾਜ਼ਮ ਦੀ ਕਾਇਲ ਹੋਇਆ ਨਹੀਂ ਕੋਈ ਨਹੀਂ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ, ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਪ ਨੂੰ ਕੱਢੀ ਆ, ਉਸ ਸੰਬੰਧਿਤ ਲੀਗਲ ਜੋ ਬਣਦਾ ਕੋਈ ਮੁਲਾਜ਼ਮ ਦੀ ਕਾਇਲ ਹੋਇਆ ਨਹੀਂ ਕੋਈ ਨਹੀਂ ਹੈਗੇ ਚਾਰ ਪੰਜ ਹੱਥੋਬਾਜੀ ਤੱਕ ਵੀ ਕਿਹੜੀ ਹਮਲਾ ਤੁਹਾਡੇ ਨਾਲ ਵੀ ਹੋਈ ਹੈਗੀ ਹਥਿਆਰ ਸੀ ਨਾ ਉਹਨਾਂ ਨੂੰ ਜੱਫਾ ਪਾਇਆ ਸੀ ਵੀ ਮਾਰਨਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਸਰ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮੈਂ ਹਮਲਾ ਕੀਤਾ ਗਿਆ ਨਾਮ ਉਹਦਾ ਅਮਨਜੋਤ ਹੈ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈਗੀ ਕਰ ਰਹੇ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਨੇ ਹਮਲੇ ਬੰਦ ਕਰਵਾਏ ਸੀਗੇ, ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾਂ ਮਾਰੀਆਂ ਗਈਆਂ ਸੀ, ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ? ਸਾਡੇ ਕੋਲ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ, ਅੱਗੇ ਵੀ ਪੁਲਿਸ ਨਾਲ ਬਹਿਸ ਹੁੰਦੀ ਨਜਾਇਜ਼ ਝੜਪ ਹੋਈ ਹੈ, ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਦਾ ਹਾਂ ਪਹਿਲਾਂ ਮੇਰੇ ਖਿਆਲ ਐਸ ਐਚ ਓ ਸੱਤ ਗਏ ਸੀ, ਉਹਨਾਂ ਦਾ ਬੋਰ ਬੁਲਾਰਾ ਹੋਇਆ ਸੀ ਜੀ, ਉਸ ਤੋਂ ਬਾਅਦ ਅੱਜ ਮੈਂ ਖੁੱਦ ਗਿਆ ਸੀ, ਮੇਰਾ ਸੌਟ ਆਊਟ ਕਰਤਾ ਮੈਂ ਠੀਕ ਸਰਟੀਫਿਕੇਟ ਵੀ ਵਜੀ ਹੈ ਸਰ ਕਿਸੇ ਦੇ ਨਹੀਂ ਜੀ ਬਚਾਈ ਕਿਹੜਾ ਨਿਹੰਗ ਸੀ ਕਰ ਰਹੇ ਹਾਂ ਸਾਨੂੰ ਇਨਫੋਰਮੇਸ਼ਨ ਆਈ ਸੀ